ਨੰਬਰ ਬੋਲਦੇ ਰਹੇ ਪਾਉਣ ਰਹੇ ਕਿਆ ਕਹਿੰਦੇ ਸਪਰੇ ਕਿੰਨਾ ਨੰਬਰ ਹੈ ਤੇਰਾ ਸਪਰੇ ਕਰਨ ਲਈ ਸੰਪਰਕ ਕਰੋ ਬਾਈ ਮੋਬਾਈਲ ਨੰਬਰ ਕਿੰਨਾ 3x9 ਹਾਂ 3x9 1 2x4 2x4 ਹੈ 2x8 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 ਹਾਂ 7x4 7x4 ਠੀਕ ਹੈ ਜੀ ਬਾ ਹੁਣ ਤੁਸੀਂ ਆਪੇ ਦੇਖ ਲਿਓ ਕਿੰਨਾ ਸਪਰੇ ਦਾ ਪੰਪ ਦਾ 30 ਰੁਪਏ 30 रुपये पंप ਲੰਦਾ ਬਾਈ ਸਾਡੀ ਵੀਡੀਓ ਦੇਖ ਕੇ ਤੈਨੂੰ ਕਹੇ ਫੋਨ ਕਰੇ ਫੇ ਘੱਟ ਵੱਧ ਕਰ ਲੂੰਗਾ ਹਾਂ ਹਾਂ ਫੇ ਕਿੰਨੇ ਲਵਾਂਗਾ 38 1 ਰੁਪਏ ਘਟਾ ਲੂ ਚੱਲ ਹਾਂਜੀ ਹਾਂਜੀ ਨਾ ਕਰ ਦੂਗਾ ਫੇ ਮਾਨ ਤਾਨ ਕਰ ਦੂਗਾ ਜੇ ਸਾਡੀ ਕੋਈ ਵੀਡੀਓ ਦੇਖ ਕੇ ਨਾ ਠੀਕ ਨਹੀਂ ਬਾਈ ਬਣ ਗਿਆ ਹਾਂ ਬਣ ਗਿਆ ਤਾਂ ਦਿਖਾ ਦੇ ਮੇਰਾ ਵੀ ਥੋੜਾ ਜਿਹਾ ਪਰ ਹੋ ਗਿਆ ਸਾਰੇ ਦਾ ਹੋ ਜਾਏਗਾ ਕਰਦੇ ਬਾਈ ਬਾਈ ਰੇ ਵੀ ਪਾਉਂਦਾ ਇਹ ਕਿੰਨੇ ਰੁਪਏ ਲੰਦਾ ਥੱਲੇ ਦੇ 50 ਰੁਪਏ ਜੁੜੀਆ 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 ਸਮਾਨ ਪਾ ਕੇ ਜਿੰਨੇ अगर 10 किलो पाओगे 60 रुपए या 70 किलो पाए 70 रुपए 10 रुपए ਉਹਦੇ ਹਿਸਾਬ ਨਾਲ ਵਧੀ ਜਾਣਾ ਠੀਕ ਆ ਠੀਕ ਆ ਬਾਕੀ ਜਿੰਨਾ ਗਾਹਾਂ ਥੱਲੇ ਤੇ ਆਪਣੇ ਬਜਨ ਪਾਈ ਜਾਣਾ 10 ਕਿਲੋ ਤੱਕ 10 ਰੁਪਏ ਹੈ ਬਸ ਹਾਂ 10 ਹਾਂ ਉਸ ਤੋਂ ਬਾਅਦ 1 ਰੁਪਏ ਕਿਲੋ ਦੇ ਹਿਸਾਬ ਸੇ ਬੜਾਏਗੇ ਠੀਕ ਆ ਨੰਬਰ ਬਾਈ ਸਾਨੂੰ ਦੇਤਾ 100 ਰੁਪਏ ਲੈਣਾ ਕੀ ਉਹ ਲੈਣਾ ਫਲਾਣਾ ਲੈਣਾ ਐ ਨਹੀਂ ਅੱਛਾ ਠੀਕ ਆ ਬਈ ਠੀਕ ਆ ਕਰ ਯਾਰ ਸੰਪਰਕ ਬੰਦਾ ਵਧੀਆ ਤਸੱਲੀ ਨਾਲ ਕਰਦਾ ਕੰਮ ਕਰ ਵੀ ਸਪਰੇ ਸਪਰੂ ਬਾਈ ਅਸੀਂ ਜਾਂਦੇ ਨਹੀਂ ਇਹਦੇ ਕੋਲ ਰੇ ਰੂ ਵੀ ਆਪੇ ਵਧੀਆ ਪਾਂਦਾ ਬਾਕੀ ਐਤ ਕੀ ਵਧੀਆ ਕੰਮ ਕਰਨ ਲੱਗਿਆ ਵਾ ਐਤ ਕੀ ਦਾ 1 ਨੰਬਰ ਹੈ ਫੇ ਪਿੰਡ ਚ ਪਿੰਡ ਚ 1 ਨੰਬਰ ਹੈਗਾ ਹਾਂ ਹਾਂ ਪੂਰਾ ਮਾਣ ਮਿਲਦਾ ਪਿੰਡ ਵਾਲਿਆਂ ਦਾ ਸਹੀ ਗੱਲ ਹੈ ਐਤ ਕੀ ਜਿੰਨੇ ਵੀ ਬੰਦੇ ਤੇ ਸਾਰਿਆਂ ਨਾਲੋਂ ਇਸ ਟਾਈਮ ਕਹਿਣ ਦਾ ਦਾਦਾ ਹੁੰਦਾ ਕਹਿੰਦਾ ਮੋਟੀ ਕਮਾਈ ਮੈਂ ਇੱਕ ਸਾਡਾ ਸੁਨੀਲ ਵੀ ਇੱਕ ਤੂੰ ਆ ਬਸ ਹੋਰ ਤਾਂ ਹਾਂ ਨਹੀਂ ਸੁਨੀਲ ਪਿੱਛੇ ਹੈ 1 ਨੰਬਰ ਮੈਂ ਹਾਂ ਹਾਂ ਦੂਸਰੇ ਨੰਬਰ ਐਤ ਕੀ ਉਹ ਹੈ ਬਲਵਿੰਦਰ ਬਲਵਿੰਦਰ ਤੀਸਰੇ ਨੰਬਰ ਸੁਨੀਲ ਹੈ ਅੱਛਾ ਚੌਥਾ ਨੰਬਰ ਮੇ ਆ ਗਿਆ ਤਾਂ ਜੇ ਜੇਲੇ ਕੋ ਪਾਸ ਲੈ ਗਿਆ ਅੱਛਾ ਗੱਲਾਂ ਦਾ ਬੰਦਾ ਨਹੀਂ ਜਿਹੜਾ ਉਹ ਹਾਂ ਅੱਛਾ ਪਰ ਹੁਣ ਮਤਲਬ ਚੱਲਦਾ ਕੰਮ ਪੂਰਾ ਹਾਂ ਪੂਰਾ ਚਲ ਠੀਕ ਹੈ ਚੱਲਣਾ ਚਾਹੀਦਾ ਹੁਣ ਤੂੰ ਰੋਟੀ ਖਾਣ ਚੱਲਨੇ ਨਹੀਂ ਹਾਂ ਰੋਟੀ ਉਹ ਪੁੱਛਣਾ ਤਾਂ ਗੋਲੇ ਕਾ ਇਨਕਾ ਵੀ ਸਪਰੇ ਕਰਨਾ ਤਾਂ ਤੇ ਕਹਿੰਦੇ ਜੇ ਸਵੇਰ ਮੇ ਕਰੂੰਗੇ ਤੇ ਫਿਰ ਮੈਂ ਚਾਨਪ੍ਰੀਤ ਘਰੇ ਪਾ ਲੇਤਾ ਠੀਕ ਆ ਠੀਕ ਆ ਤਾਂ ਹੁਣ ਰੇ ਪਾਉਣਾ ਹਾਂਜੀ ਚਲ ਠੀਕ ਆ ਭਾਈ ਸੰਪਰਕ ਕਰਿਓ ਰੇ ਨੂੰ ਵੀ ਕਰੂਗਾ ਤੁਹਾਨੂੰ ਕੋਈ ਚੱਕਰ ਨਹੀਂ ਰੇਟ ਰੂਟ ਇਹਨੇ ਕਰ ਲੈਣਾ ਆਪੇ ਠੀਕ ਰੇਟ ਤੇ 2-4 ਰੁਪਿਆ ਘੱਟ ਵੱਧ ਹੁੰਦੇ ਰਹਤੇ ਹੈ ਨੰਬਰ ਤੁਹਾਨੂੰ ਦੇਤਾ ਆਪਣਾ ਕਰ ਲਿਓ ਠੀਕ ਆ ਸੰਪਰਕ ਹੁਣ ਚੱਲੀਏ ਆਪਾਂ ਕਰਦੇ ਜੀ ਭਾਈ ਕੱਢ ਟਰੈਕਟਰ ਕੱਢ ਹਾਂ ਭਾਈ ਲੋਕ ਕਹਿੰਦੇ ਆ ਲੋਕ ਕਹੀ ਜਾਂਦੇ ਭਾਈ ਕੁੱਤੇ ਮਾੜੇ ਪਿੱਟ ਬੁੱਲ ਹਾਲੇ ਨਾਲ ਵੜਿਆ ਕੱਟਾ ਯਾਰ ਹਾਂ ਬਾਜ ਭਾਈ ਇੱਧਰ ਜਗਰੂਪ ਸਿੰਘ ਗਿਆ ਸਬਜ਼ੀ ਲੈ ਕੇ ਤੇ ਹੁਣ ਸਾਡਾ ਪਿੰਡ ਦਾ ਹੀਰਾ ਬੰਦਾ ਰਵੀ ਰਵੀ ਕਿੱਧਰ ਆਏ ਆ ਹੈ ਕਿੱਧਰ ਜਾ ਆਏ ਆ ਅੱਛਾ ਭਾਈ ਲਿਮੋਜੀਨ ਪਰੇ ਰਹਿੰਦਾ 24 ਘੰਟੇ ਇਹ मुकाबला तो नहीं टोचर पाना ਕਰ ਨੂੰ ਜਾਣਾ ਹੁਣ ਦਾ ਰਵੀ ਨੇ ਕਰਨ ਜਾਣਾ ਚਲ ਠੀਕ ਆ ਚਲ ਠੀਕ ਆ ਫਿਰ ਮਿਲਦੇ ਆ ਠੀਕ ਆ ਤੇ ਜੀ ਓਕੇ ਓਕੇ ਭਾਈ ਕਹਿ ਰਹੇ ਕਿ ਉਹ ਕਰੋ ਸਪੋਰਟ ਕਰੋ ਮੁੰਡੇ ਨੂੰ ਸਪੋਰਟ ਕਰੋ ਭਾਈ ਜਿਹੜੇ ਵੀ ਦੇਖੂਗੇ ਸ਼ੇਅਰ ਕਰੋ ਵਾਤੇ ਵਾਦ ਲਾਈਕ ਕਰੋ ਕਮੈਂਟ ਕਰੋ ਐਂ ਤਾਂ ਆਪਾਂ ਨਹੀਂ ਕਹਿੰਦੇ ਕਿ ਪੱਤਿਆਂ ਨੇ ਥੋੜਾ ਜਿਹਾ ਘਾਣਾ ਮਾਣਾ ਜਿਹਾ ਕਰਿਆ ਹੋਇਆ ਇੰਨੀ ਕਿਚੜ ਕਰ ਲੂੰਗਾ ਤੂੰ ਅੱਛਾ ਬਾਈ ਪੱਤੇ ਚੜਦੇ ਆ ਫੂਲਰਾਂ ਦੇ ਤਾਂ ਕਰਕੇ ਥੋੜਾ ਜਿਹਾ ਔਖਾ ਹੁੰਦਾ ਕਣਕ ਦਾ ਵੀ ਔਖਾ ਥੋੜਾ ਜਿਹੜੇ ਫੂਲਰਾਂ ਚ ਬਾਕੀ ਫਿਰ ਇਹਨੇ ਬਰਸੀਨ ਨੂੰ ਵਾਢਾ ਲਾ ਲਿਆ ਤਾ ਤੇ ਬਰਸੀਨ ਵਧੀਆ ਮਸ਼ੀਨ ਤੇਰਾ ਵਧੀਆ ਸਾਡਾ ਹਲੇ ਹੋਣਾ ਬਰਸੀਨ ਹਲੇ ਹੋਇਆ ਨਹੀਂ ਦੇਖੋ ਬਾਈ
पूरा मल्या खड़ा साल सूल भी है कटर ले आंदे दो हां दो के एक ते मैं थोड़ा वड्डने कल तू ब्लॉग बनाऊंगा मैं फिर चेक करूंगा ना दोबारा दोबारा केड़ा कटर बढ़िया किदे ब्रेट पे आया मैं की नहीं क्या ये आ रखदा कटर इथे तो मैं भी बढ़ा दना तेरे नाल ना कोई ना बढ़ लेने थोड़ा ज्यादा दो बंदा बढ़ा दे भाई नाले धन्यवाद थोड़ा बहुत बहुत तुसी पिछले ब्लॉग नू बहुत प्यार दिता बस एक काम करे करो भी जेड़ा भी मैं पाना हुना लिंक पाना हुना फेसबुक जाके ते इंस्टाग्राम ते तुसी बस उन्हूं शेयर करना बाकी काम अपने आप हो जाना तुसी बस एक किन्ना का टाइम लगता एक एक सैकेंड भी नहीं लगता शेयर करने नू बस शेयर कर दे करो बस यही बहुत थोड़ा धन्यवाद रहूगा ते लाइकने प्यार करते रहो पिछला ब्लॉग मैं कहना चल गया वो 2000 होने वाले व्यू उन्हू साढ़े लिए तो भाई 2000 बहुत है तो एकनी प्यार रखियो ना सबसक्राइब करो चैनल तो हले बस अजे ब्लॉग बनूगा शायद अगे फिर सवा करके थोड़े बंद रखोगे नहीं यार बंद रखोगे सवा करके फिर उस तो बाद करूँगे नवे साल में आओ चल माड़ा मोटा दिखा दूंगे बाकी भाई जो दूर दिखा दूंगे चमकौर साहब की सभा भाई कख तो पूरी सफाई ना बढ़ता बेला हाथ से सफाई आ घोके चाचा तो सीख गया तू बढ़ने भाई कुलविंदर 2 दिन आउंदा उड़क मुड़के फिर ओहदे नानके हेज करदे आ बहुत जदे बुला लैने ओहनू कहदा मामे शिमले जाया मैं इत्थे आ जा कहदा 7 किलो पैस भरे यार इत्थे शिमला बड़ा आणा तेरा इत्थे शिमला कहंदा ए कहे मजाक करन लग्या ओहदा मामे नाल हां कहंदा मामे गड्डी लेके जानी है मैं 2 दिन जाया मैं शिमले ओ कहंदा गड्डी नहीं जाने वाली तू पूरी आ जा बिल्ला टूरनामेंट खेलूगा चमकौर साहब वाला ओपन शो मैच होगा इन्हों का असि जाने नाल दे पिंड भैरो माजरे उत्थे प्रैक्टिस कर जाने तुसी देखे होना ब्लॉग मैं भी खेलना तो मेरा थोड़ा जिहा औखा है मैं हाँ कानू रिस्क लेना मेरे पहला इधरला पैर फ्रैक्चर हो गया था तो मैं ऊँ डंड डुंड ला लैना एक्सरसाइज कर लैना तो बिल्ला खेलता हुंदा अंदर क्या पता बई मेरे मूड ते डिपेंड है कचीचियां तो बहुत आनियां बार खड़े नूं पर क्या करे हले मजबूरियां अगे भी देखना है बिल्ले अगे भी देखना है जे सट लग गई भैरो माजरा करो ते अपने इलाके का मशहूर बंदा है बाबा जी अपने जेडे इत्थे ट्रेनिंग दिने ते वर्ल्ड कप च भी खेडदे जेडे बादल ने कराया था ते पूरी ट्रेनिंग दिंदे आ नहीं भी कला जोरे कराने बाद चो बदामा दुद्ध भी दिने पूरी सेवा करते हैं जेडे नाल दे पिंड दे आ जरूर आयो ते लाग पास पिंड वाले जेडे भी देखते नहीं बहुत वधिया उपराला करिया होया बाबा जी ने उत्थे हाँ कहिंदे ते भी रहन सहन दा उत्थे ही बन जाना कमरे बना लेने भी पूरी अकैडमिक तरह की बन जानी ग्राउंड भी भाई पूरा एक नंबर बनाया होया ते पूरा ध्यान रखदे आ फर्स्ट एड बॉक्स भी सारा कुछ हुंदा उत्थे जिवें सट सुट लगदी आ बाकी भाई कख कख बड हो गए कख बड ले ते हुण देखदे आ ग्राउंड जाना ग्राउंड जाके फिर तुम दिखाने प्रैक्टिस साड़ी किदा हुंदी आ ते बाकी भाई हले कुछ है नहीं नवा तुम दिखाउण नू उही सेम डेली रूटीन आ ते तुसी बोर हो जाणा देख देख के भी रोज़ हले इत्थे फ्री जन्ने कख उख पढ़दे
ਤੇ ਮੈਂ ਕਦੇ ਕਦੇ ਜਾਂਦਾ ਕੰਮ ਤੇ ਤੇ ਆਹ ਦੇਖ ਲਓ ਕੱਖ ਵੱਢੋਗੇ ਵੱਢ ਲੈ ਜੀ ਕੱਖ ਨਹੀਂ ਮੇਤੇ ਤਾਂ ਥੋੜੇ ਹੀ ਵੱਢ ਹੋਏ ਆ ਬਾਕੀ ਜਾਰਾ ਬਿੱਲੇ ਨਹੀਂ ਵੱਢੇ ਆ ਚੱਲੀਏ ਫਿਰ ਗਰਾਊਂਡ ਵੀ ਜਾਣਾ ਬਾਕੀ ਬਾਈ ਜੇ ਕਿਸੇ ਨੇ ਏਦਾਂ ਦਾ ਸਕੰਜਾ ਬਣਾਉਣਾ ਹੋਵੇ ਡਾਇਮੰਡ ਭੁੱਜ ਮਾਜਰਾ ਇਹ ਇੱਥੇ ਆ ਇਹ ਆਹ ਜਗ੍ਹਾ ਇੱਥੇ ਸਕੰਜੇ ਟਰਾਲੀਆਂ ਫਾਲੇ ਸਵਾਗੇ ਜੋ ਮਰਜ਼ੀ ਬਣਵਾ ਸਕਦੇ ਤੁਸੀਂ ਅਤੇ ਬਸ ਹੁਣ ਚੱਲੀਏ ਘਰ ਨੂੰ ਫਿਰ ਤਿਆਰ ਤਿਆਰ ਹੋ ਕੇ ਚੱਲਦੇ ਹਾਂ ਗਰਾਊਂਡ ਓਕੇ ਜੀ।